सूबे दे विच कतलकांड ते चोरी दे मामले बेहद ही आम हो चुके ने। उत्थे ही जेकर गल करिए तरन तारण जिले की, तरन तारण जिले के हल्का हरिके दे विच चोरा दे लगे मोर चोरा ने पुलिस मुलाजम दे घर नूं बनाया निशाना। दस दिए कि थाना हरिके दे पुलिस दी ढिल्ली कारगुजारी दे चलदे एक बार फिर तो हरिके कस्बे दे बाहर वाल बहिका ते रहिंदे पुलिस मुलाजम दे घर नूं निशाना बनाया गया। उत्थे ही पुलिस मुलाजम दे घर सोने दे नकदी जो है चोरी की गई ते इह अणपछाते व्यक्ति दे वल्लों चोरी की गई। गलबात दौरान परिवार दा की कुछ कहना है ओह तुहानूं सुणांदे आं। सर की नाम है अपना? मेरा नाम है जी स्वर्ण सिंह हरीके। सर एक जड़ी हरीके सतलुज पैलेस के लागे जी एक बैक पी थानेदार नछत्र सिंह जी उ एक चोरी की घटना वापरी, सर की कहना चाहोगे? सर देखो जी मैं किसान मजदूर संघर्ष कमेटी पंजाब पट्टी जोन का मागू हाँ। वारदात बहुत ज्यादा शिखर से हो रही, ये पहली नहीं गई, ये लगभग 11वीं जी, ये 11वीं वारदात साढ़े इलाके हो चुकी है, पर इहदा कोई हल नहीं निकल रहा। जिवें कि चोर आउंदे चोरी करके चल जाते है ना, इहदा कोई वधिया हल निकले। लोग ये चार पांच बैकां कट्ठियां जी, जे एक अद्धी बैग आ उहनूं अज रात नूं नींद नहीं आउणी कि यार वो चार पांच बैकां ते कुछ हो गया ते कल्ली बैग नूं होर मुश्किल हो जाऊ। ये कारण यह बन गया भी नशई बहुत ज्यादा हो चुके आ, जिहड़े नशा करदे आ वो अपनी नशे की पूर्ति लई चाहे उन्होंने अपने घरों चोरी करनी पवे, चाहे उन्होंने अपनी माता दियां वालियां लाउणियां पैण, चाहे उन्होंने किसे दियां लाउणियां पवे, नशे वास्ते कुछ भी करन नूं तैयार आ, उन्हां नूं किसे दी हत्या भी करन नूं तैयार हो जांदे आ। ता करके अहीं आने भी इहदा कोई हल वधिया तरीके नाल कढ़िया जावे जिहदे नाल लोक सेफ रात नूं सौण। पर जे दुनिया रात नूं त्रह त्रह करके सौण लग गई, ये ऐ लगता भी जिवें जंगल दा राज हो गया। जे कि इहदी चोरी हो जांदी उहनूं ये नहीं पता लगता भी मैनूं इंसाफ मिल जाऊ। 17 तरीक नूं पट्टी रूई दे उत्ते 10:30 बजे तीन जाने आउंदे आ, उह कृपाल नरपाल सिंह अपना सीतो तों आया, अकबाल सिंह, अकबाल सिंह उहदी वालियां उहनां दी शाप दिन दीवी 10:30 बजे ला के लै गए, जिहदे ते कोई अजे तक वारदात नहीं कीती गई ना बंदा लभिया गया। थोड़े दिन पहलों नवीपुर दिन दीवी उत्थों वालियां ला के लै गए, ਉਹਦਾ ਨਹੀਂ ਕੋਈ ਪਤਾ ਲੱਗਾ। ਕਹਿੰਦਾ ਭਾਵ ਕਿ ਪੁਲਿਸ ਦੀ ਕਾਰਜਕਾਰੀ ਜਿਹੜੀ ਆ ਢਿੱਲੀ ਆ। ਮੈਂ ਕਹੂੰ ਵੀ ਬਹੁਤ ਜ਼ਿਆਦਾ ਢਿੱਲੀ ਆ। ਹਰੀਕੇ ਸਾਡੇ ਇੱਕ ਰਾਤ 'ਚ 3 ਚੋਰੀਆਂ ਹੋਈਆਂ, ਇੱਕ ਦੁਕਾਨ 'ਚ ਮਾਰ ਕੇ ਖੱਡਾ ਅਤੇ ਉਹਦੇ 'ਚੋਂ ਸੰਦ ਕੱਢ ਕੇ ਲੈ ਗਏ ਕੰਮ ਕਰਨ ਵਾਲੇ ਮਿਸਤਰੀ ਦੇ, ਅਗਲੇ ਤੋਂ ਲੈਪਟੋਪ ਲੈ ਗਏ ਅਗਲੀ ਦੁਕਾਨ 'ਚੋਂ, ਇੱਕ ਦਾ ਸ਼ਟਰ ਤੋੜ ਘੱਤਿਆ। ਹੁਣ ਵੇਖੋ ਇੱਦਾਂ ਦੀਆਂ ਵਾਰਦਾਤਾਂ ਹੋਣਗੀਆਂ ਅਤੇ ਉਹਨਾਂ ਦੇ ਘਰਾਂ ਤੱਕ ਅਜੇ ਤੱਕ ਪੁਲਿਸ ਨਹੀਂ ਪਹੁੰਚੀ, ਤਿੰਨਾਂ ਦੇ ਘਰਾਂ ਤੱਕ। ਕੀ ਮੰਗ ਕਰਦੇ ਜੋ? ਅਸੀਂ ਮੰਗ ਕਰਦੇ ਹਾਂ ਕਿ ਜੇ ਜਿਸ ਤਰ੍ਹਾਂ ਵੀ ਹੱਲ ਨਿਕਲਦਾ ਸਰਕਾਰ ਤੋਂ ਚੰਗੇ ਅਫਸਰ ਹੋਰ ਸੀਨੀਅਰ ਲਾ ਕੇ ਇਹ ਚੋਰੀ ਦੇ ਹੱਲ ਕੱਢੇ ਜਾਣ, ਨਹੀਂ ਤਾਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊ, ਲੋਕ ਸੇਫ ਨਹੀਂ ਗਏ। ਸਰ ਹਰੀਕੇ ਦੇ ਵਿੱਚ ਇੱਕ ਚੋਰੀ ਦੀ ਘਟਨਾ ਵਾਪਰੀ ਹੈ ਸਰ, ਅੱਜ ਤੁਸੀਂ ਇੱਥੇ ਆਏ ਜੋ ਮੌਕੇ 'ਤੇ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ? ਹਾਂਜੀ ਮਦਈ ਨਛੱਤਰ ਸਿੰਘ ਨੇ ਦੱਸਿਆ ਕਿ ਰਾਤ ਸਾਡੇ ਘਰ ਚੋਰੀ ਹੋ ਗਈ ਹੈ, ਉਹਦੇ ਸੰਬੰਧ 'ਚ ਮੌਕੇ 'ਤੇ ਪਹੁੰਚੇ ਹਾਂ ਅਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਾਂਗੇ ਜਲਦੀ ਤੋਂ ਜਲਦੀ। ਸਰ ਦੇਖਣ ਵਿੱਚ ਆ ਰਿਹਾ ਹਰੀਕੇ ਦੇ ਵਿੱਚ ਹੋਰ ਵੀ ਕਾਫੀ ਘਟਨਾਵਾਂ ਜਿਹੜੀਆਂ ਚੋਰੀ ਦੀਆਂ ਅਤੇ ਲੁੱਟ ਖੋਹ ਦੀਆਂ ਵਾਪਰ ਰਹੀਆਂ, ਪਰ ਕੋਈ ਕਾਰਵਾਈ ਠੋਸ ਨਹੀਂ ਹੋ ਰਹੀ ਸਰ? ਕੀ ਕਾਰਵਾਈ ਠੋਸ ਹੋ ਰਹੀ ਹੈ, ਬਸ ਪਰਚਾ ਦਰਜ ਕਰਕੇ ਜ਼ਰੂਰ ਦੋਸ਼ੀਆਂ ਦੀ ਭਾਲ ਕਰਕੇ ਅਤੇ ਇਹਨਾਂ ਦੇ ਜਿਹੜੀ ਬਣਦੀ ਕਾਰਵਾਈ ਕਰਕੇ ਉਹਨਾਂ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਰੱਖਾਂਗੇ। ਮੇਰਾ ਨਾਮ ਸ਼ਮਸ਼ੇਰ ਸਿੰਘ। ਸ਼ਮਸ਼ੇਰ ਸਿੰਘ ਜੀ ਕਿਹੜਾ ਪਿੰਡ ਆ? ਹਰੀਕੇ। ਕੋਈ ਚੋਰੀ ਦੀ ਵਾਰਦਾਤ ਵਾਪਰੀ ਆ ਤੁਹਾਡੇ? ਹਾਂਜੀ ਅੱਜ ਰਾਤ ਦੀ ਗੱਲ ਹੈ ਜੀ, ਇਹ ਆਪਣੇ ਚੋਰਾਂ ਨੇ ਆਪਣਾ ਸੋਨਾ ਲੁੱਟ ਕੇ ਲੈ ਗਏ। ਕਿੰਨਾ ਸੋਨਾ ਸੀਗਾ? ਸੋਨਾ ਤਕਰੀਬਨ ਹੋਏਗਾ 25 ਤੋਲੇ ਦੀ ਉਹਨਾਂ ਦੀ। ਨਗਦੀ ਵੀ ਹੈਗੀ ਸੀਗੀ? ਹਾਂਜੀ ਨਗਦੀ 2,00,000 ਹੈ ਸੀ ਜੀ। ਅਤੇ ਕਹਿੰਦੀ ਆਏ ਆ ਦਾਖਲ ਕਹਿੰਦੀ ਹੋਏ ਆ? ਉਹ ਜੀ ਆਪਾਂ ਨੇ ਬਾਹਰ ਦੀ ਗ੍ਰਿੱਲ ਪੁੱਟੀ ਆ ਜੀ ਉਹਨਾਂ ਨੇ ਆਪਣੀ ਬਾਰੀ ਦੀ, ਅਤੇ ਅੰਦਰ ਦਾਖਲ ਹੋ ਕੇ ਉਹਨਾਂ ਨੇ ਆਪਣਾ ਚੋਰੀ ਅੰਜਾਮ ਦਿੱਤਾ ਹੈ। ਅਤੇ ਵੀਜੀ ਉਸ ਟਾਈਮ ਤੁਸੀਂ ਸੁੱਤੇ ਸੀਗੇ? ਹਾਂਜੀ ਅਸੀਂ ਵੀ ਸਾਰੇ ਸੌ ਗਏ 11 ਵਜੇ ਦੇ ਕਰੀਬ, ਬਾਕੀ ਵਾਰਦਾਤ 11 ਵਜੇ ਤੋਂ ਬਾਅਦ ਹੀ ਹੋਈ ਹੈ। ਅਤੇ ਕਿਸ ਤਰ੍ਹਾਂ ਤੁਹਾਨੂੰ ਦਿਨੇ ਕਿਸ ਤਰ੍ਹਾਂ ਪਤਾ ਲੱਗਾ? ਦਿਨੇ ਇੱਦਾਂ ਜੀ ਮੇਰੇ ਮਿਸਿਜ਼ ਉੱਠੇ ਆ ਅਤੇ ਉਹਨਾਂ ਨੇ ਆਪਣਾ ਡਿਊਟੀ 'ਤੇ ਜਾਣਾ ਸੀ, ਅਤੇ ਉਹਨਾਂ ਨੇ ਆਪਣਾ ਦੇਖਿਆ ਵੀ ਤਾਂ ਲੋਕ ਵਗੈਰਾ ਜਾਂ ਗ੍ਰਿੱਲ ਵਗੈਰਾ ਟੁੱਟੀ ਹੋਈ ਹੈ, ਅਤੇ ਉਹਨਾਂ ਨੇ ਸਾਨੂੰ ਫਿਰ ਇਨਫੋਰਮੇਸ਼ਨ ਦਿੱਤੀ ਹੈ ਅਤੇ ਅਸੀਂ ਦੇਖਿਆ ਅਤੇ ਉਹ ਵਾਰਦਾਤ ਹੋਈ ਸੀ।
ਵਿਧੀ ਦਰਖਾਸਤ ਦਿੱਤੀ ਇਹਦੇ ਸੰਬੰਧ 'ਚ? ਹਾਂਜੀ ਦਰਖਾਸਤ ਦੇ ਦਿੱਤੀ ਹੈ ਜੀ, ਬਾਕੀ ਪੁਲਿਸ ਵਾਲੇ ਆ ਕੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। SHO ਮੈਡਮ ਆਈ ਹੈ ਮੌਕਾ ਦੇਖਣ ਹਰੀਕੇ ਵਾਲੀ? ਹਾਂਜੀ SHO ਮੈਮ ਆਏ ਸੀ ਜੀ। ਕੀ ਆਸ਼ਵਾਸਨ ਤੁਹਾਨੂੰ ਦਵਾਇਆ? ਆਖਿਆ ਗਿਆ ਜੀ ਆਪਣਾ ਛੇਤੀ ਛੇਤੀ ਜੋ ਰਾਮ ਦਾ ਪਰਦਾਫਾਸ਼ ਕੀਤਾ ਜਾਏਗਾ। ਅਤੇ ਦੇਖੋ ਕੀ ਕਾਰਨ ਵੀਰ ਜੀ ਗਿਣਦੇ ਜੋ ਪਹਿਲਾਂ ਵੀ ਇੱਕ 65 ਲੱਖ ਦੀ ਘਟਨਾ ਵਾਪਰੀ ਆ ਇਲਾਕੇ ਦੇ ਵਿੱਚ, ਨਬੀਪੁਰ ਦੇ ਵਿੱਚ ਲੁੱਟ ਖੋਹ ਦਾ ਮਾਮਲਾ ਵਾਪਰਿਆ, ਕੋਈ 5 ਦੇ ਕਰੀਬ ਜਿਹੜੀਆਂ ਘਟਨਾਵਾਂ ਇੱਥੇ ਹਰੀਕੇ 'ਚ ਵਾਪਰ ਚੁੱਕੀਆਂ, ਪੁਲਿਸ ਦੀ ਕਾਰਜਕਾਰੀ ਨੂੰ ਕਿਸ ਤਰ੍ਹਾਂ ਦੇਖਦੇ ਜੋ? ਪੁਲਿਸ ਦੀ ਕਾਰਜਕਾਰੀ ਤਾਂ ਭਾਅ ਜੀ ਇੱਦਾਂ ਕਹਿ ਸਕਦੇ ਹਾਂ ਵੀ ਇਹ ਸਾਰੇ ਸਰਕਾਰਾਂ ਨੇ ਹੱਥ ਬੰਨੇ ਹੋਏ ਆ। ਸਰਕਾਰ ਇਸ ਦੇ ਖਿਲਾਫ਼ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਹੀ, ਕਿਉਂਕਿ ਜਦੋਂ ਆਪਾਂ ਕੋਈ ਵੀ ਵਾਰਦਾਤ ਕਰ ਰਹੇ ਹਾਂ ਇਸ ਦੇ ਪਿੱਛੇ ਹਮੇਸ਼ਾ ਕੋਈ ਨਾ ਕਿਸੇ ਲੀਡਰ ਜਾਂ ਕਿਸੇ ਨਾ ਕਿਸੇ ਤਗੜੇ ਬੰਦੇ ਦਾ ਹੀ ਹੱਥ ਹੁੰਦਾ ਵਾ, ਕਿਉਂਕਿ ਉਸ ਤੋਂ ਇਲਾਵਾ ਕੋਈ ਵੀ ਬੰਦਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਵੀ ਇੰਨਾ ਦਿਲ ਵਧੀ ਕਰ ਸਕੇ। ਕੀ ਮੰਗ ਕਰਦੇ ਜੀ ਵੀਰ? ਮੰਗ ਇਹ ਹੈ ਜੀ ਸਾਡੀ ਛੇਤੀ ਛੇਤੀ ਰਿਕਵਰੀ ਕਰਾਈ ਜਾਵੇ, ਕਿਉਂਕਿ ਸਾਡੀ ਹੱਥ ਹੱਥ ਦੀ ਕਮਾਈ ਸੀ, ਅਸੀਂ ਕੋਈ ਵੀ ਜਾਂ ਚੋਰੀ ਜਾਂ ਫਰੇਬੀ ਨਾ ਕਿਸੇ ਤੋਂ ਪੈਸਾ ਨਹੀਂ ਲਿਆ, ਅਤੇ ਸਾਡੀ ਛੇਤੀ ਛੇਤੀ ਕਾਰਵਾਈ ਕੀਤੀ ਜਾਵੇ ਅਤੇ ਅਸੀਂ ਆਪਣਾ ਧਿਆਨ ਰੱਖਾਂਗੇ। ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਲਦ ਤੋਂ ਜਲਦ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉੱਥੇ ਹੀ ਗੱਲ ਇਹ ਉੱਠਦੀ ਹੈ ਕਿ ਜੇਕਰ ਪੁਲਿਸ ਮੁਲਾਜ਼ਮ ਦੇ ਘਰ ਦੇ ਵਿੱਚ ਇੰਨੀ ਵੱਡੀ ਚੋਰੀ ਦੀ ਘਟਨਾ ਵਾਪਰਦੀ ਹੈ ਤਾਂ ਆਮ ਲੋਕ ਕਿੱਥੇ ਨੂੰ ਜਾਣ? ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।